ਕਾਤਲ ਕੁਰਸੀਆਂ ਤੇ ਮੇਰੀ ਸੈਣ ਜਲਾਲ ਚ ਆ ਗਈ ਬੀਬੀਆ ਦੀ ਤੇਰੀ ਸ਼ਾਮ ਨੂੰ ਮੈਂ ਕਰ ਗਰਕ ਦੇਂਦੀ ਮੈਨੂੰ ਚੁੱਪ ਸਜਾਦ ਦੀ ਨੌਕਰਾਂ ਤੁਹਾਡੀ ਜ਼ਿੰਦਗੀ ਆ ਆਦਾ ਪਿਆ ਤੁਹਾਡਿਆ ਖੜਤੀ ਮੈਂ ਵੱਲ ਪੜਦਾ ਤੇ ਰੱਬ ਦੇਵੀ ਇੱਜ਼ਤ ਕੁਬਾਲੇ ਰੋਂਦੀਆਂ ਕਨਾ ਦੁਆ ਮੰਗੋ ਸ਼ਾਲਾ ਕਹਿੰਦੀਆਂ ਧੀਆਂ ਸਦਕੇ ਵੱਲਾਂ ਉਹ ਪੇਸ਼ ਨਾ ਹੋਵਣ ਅਤੇ ਕਈ ਦਰਬਾਰ ਵਿਚਾਲੇ ਆਦਾ ਪਿਆ ਉੱਠ ਰੁਕ ਗਏ ਦਰਦਾਂ ਮਾਰੀਆਂ ਦੇ ਕਿਸੇ ਜੰਗਲ ਚ ਤੇ ਭਾਈਓ ਅੱਧ ਬਾਜ਼ਾਰ ਵਿਚਾਲੇ ਜਿਹੜੇ ਸੈਦੋ ਮਾਫੀ ਦਿਵਾਏ ਲੱਗਾ ਪੱਥਰ ਰੁਬਾਬ ਵੱਡੀ ਲਾਡਲੀ ਨੂੰ ਆਈ ਅਲੀ ਆਦਾ ਪਿਆ ਡਿੱਠੇ ਵੀਰ ਦੇ ਕਾਤਲ ਕੁਰਸੀਆਂ ਤੇ ਮੇਰੀ ਸੈਣ ਜਲਾਲ ਚ ਆ ਗਈ ਬੀਬੀਆ ਦੀ ਤੇਰੀ ਸ਼ਾਮ ਨੂੰ ਮੈਂ ਕਰ ਗਰਾਕ ਦੇਂਦੀ ਮੈਨੂੰ ਚੁੱਪ ਸਜਾਦ ਦੀ ਥਾਬ ਲਾ ਲਿਆ ਬਹੁਤ ਬੜਾ ਜਲਸਾ ਹੈ ਮਾਲਕ ਨੌਕਰੀ ਮਨਜ਼ੂਰ ਫਰਮਾ ਕੋਈ ਸ਼ੀਆ ਨਾ ਬੋਲੇ ਕੋਈ ਮੇਰਾ ਸੁਣੀ ਮੇਰਾ ਬੈਠ ਉੱਠੀ ਕੇ ਜਵਾਬ ਦੇਵੇ ਇਸੇ ਪਿੰਡ ਦੀ ਸਹੀ ਆਜ਼ਾਦੀ ਨਾ ਹੋਵੇ ਗੈਰ ਸਹੀ ਆਜ਼ਾਦੀ ਹੋਵੇ ਅਮੀਰ ਨਾ ਹੋਵੇ ਕਈ ਗਰੀਬ ਦੀ ਧੀ ਹੋਵੇ ਸ਼ੀਆ ਨਾ ਹੋਵੇ ਕਈ ਸੁੰਨੀ ਦੀ ਧੀ ਹੋਵੇ ਇਸੇ ਮਜਲਸ ਚਾ ਕੇ ਆਖੇ ਇਸ ਪਿੰਡ ਵਾਲਿਓ ਅਗਲੇ ਮੋੜ ਤੇ ਬਦਮਾਸ਼ ਮੇਰੀ ਚਾਦਰ ਲੁੱਟੇ ਮੈਂ ਤੁਹਾਡੇ ਪਿੰਡ ਦੇ ਫਲਾਂ ਗਰੀਬ ਦੀ ਧੀਆਂ ਮੁਹੰਮਦ ਦਾ ਕਲਮਾ ਪੜ੍ਹਦੀਆਂ ਬਦਮਾਸ਼ ਹਟਾਓ ਮੇਰੀ ਚਾਦਰ ਬਚਾਓ ਬਾਨੀਏ ਮਜਲਸ ਮੈਨੂੰ ਆਖਸੀ ਜਾਫਰ ਤਿਆਰ ਗੈਰਤ ਦਾ ਮਸਲਾ ਮਜਲਸ ਰੋਕ ਦੇ ਸਾਰੇ ਲੋਕ ਉੱਠੀ ਪਉ ਸਨ ਆਖਸਨ ਯਾਰ ਅਗਰ ਕੋਈ ਨਾਰਾਜ਼ਗੀ ਹੈ ਤਈਂ ਦੇ ਪਿਉ ਨਾਲ ਯਾਰ ਮਜ਼ਹਬ ਤੋਂ ਹਟ ਕੇ ਗੱਲ ਕਰ ਧੀ ਤਾਂ ਸਾਰਿਆਂ ਦੀ ਸਾਂਝੀ ਅਗਰ ਕੋਈ ਸ਼ਿਕਵਾ ਹੈ ਤਈਂ ਦਿਆਂ ਭਰਾਵਾਂ ਨਾਲ ਇਹ ਤਾਂ ਸਾਡੇ ਪਿੰਡ ਦੇ ਫਲਾਂ ਗਰੀਬ ਦੀ ਧੀ ਹੈ ਮੁਹੰਮਦ ਦਾ ਕਲਮਾ ਪੜਦੀ ਹੈ ਇਹਦੀ ਚਾਦਰ ਬਚਾਓ ਮੈਨੂੰ ਸੋਚ ਕੇ ਦੱਸ ਮੇਰਾ ਅਹਿਲ ਸੁਨਤ ਵਾਲ ਜਮਾਤ ਭਾਈ ਕਿ ਇੱਕ ਆਮ ਔਰਤ ਵਾਸਤੇ ਮਸਕੀਨ ਔਰਤ ਵਾਸਤੇ ਤੁਹਾਡੇ ਇਤਨੇ ਅੱਛੇ ਜਜ਼ਬਾਤ ਹਨ ਕਿ ਸਾਰੇ ਉੱਠ ਕੇ ਪਿਆ ਦਿਓ ਬਦਮਾਸ਼ ਹਟਾਓ ਇਹਨੂੰ ਚਾਦਰ ਦਿਓ ਮੈਂ ਪੁੱਛ ਸਕਦਾ ਅਲੀ ਦੀਆਂ ਧੀਆਂ ਦਾ ਜੁਰਮ ਕਿਹੜਾ ਛੱਤੀਆਂ ਸ਼ਾਰਾਂ ਚਾ ਦੀ ਗਈ ਏ ਮੈਨੂੰ ਚਾਦਰ ਦਿਓ ਮੈਂ ਤੁਹਾਡੇ ਨਬੀ ਦੀ ਧੀ ਦੀ ਧੀ
پیتری شہر مسلمان دے منگ دی آئیے نہیں ملیاں عیسیٰ دیاں امتیاں دتیاں مسلمان لا حالیاں کتھوں دی مسلمانی بھائی عظیم مجمع ابتدائے مجلس سے میں چاہنا پوری محبت نال تھان دو بین سنا میں شاگرد اس ملتان پہ پڑھدا اس جو چھتیاں شارا چو چادر منگیس ایک بزرگ سیدہ دے جعفر تیار منگن والی کوئی آم نہیں او پئی منگ دیا ایجن دے بوئے تو نبیاں منگی منگ دی جو آئیے ملیاں سیا کوئی نہ پیتری شہر ان مسلمان دے عیسائیاں دا شہر ہے نماز فجر دا ٹائم انہوں صبح دیا بانگا ملیا انہوں علی دیا دیا بازار قدم رکھ ہک پادری چادر چائی ودائے رون دائی ودائے بیمار دے موڑے تیاترا کے آدھائے قیدی کدائی مدینے علا سجاد ڈٹھائی پاڑی جوانی نصیب ہوئے سیدہ دے کیڑے سجاد نو ملنے آدھے جڑا حسین دا پتر سیدہ دے اجڑیا نو سننے دا کوئی نہیں سجاد مایا توں کون آدھے غیر مسلم اے ہاتھ اچ کیڑی شائی آدھے قیدی تینو پتا نہیں ساری رات ساڈے نبی دی ماں دے وال کھلے رہ مریم آدی رہیے ونجو بطول دیاں دھیاں رول گئیاں امام فرمیندن چادر منو دے میں تیری جنت دا ضامن بھائی امجد اُدے بھائیاں دی دوستاں دی محنت محمد دی قبول فرما جنہاں جنہاں لوگاں حصہ لے آئے ذکر حسین اچ ماں حسین دی انہاں دیاں نیازاں خرچ اخراجات قبول کر میرے امام نو چادرہ ملیاں تمہید مک گئی مصائب شروع پہ کر منظر روائے بھائی بدیت نال ماواں تے بھیڑا دے سراں تے چادرہ ودا کرن اجا چادرہ کرن ہن بیٹھیاں عیاش مردی نظر پئیے جڑا کے میرے امام نو آدے کاندے کول پچھئی سیدہ دے مل جو گئیاں میری ماواں دا پردا اے ظالم آدے جے زندگی چانا اے چادر لہا دے امام آدھے مرنا قبول میں چادرہ نہ لا سکتا اے ظالم آدھے جے چادرہ نہ لائیں دا ود کانڈ تو چولا چا امام آدھن باکر ٹورا پیو دی مدد کر میرے پنجویں امام نے پیو دی کانڈ تو چولا چایا چک تھا بلا لے ہوں اس بے غیرت جیا پیار کی تے سجاد منہ دے بھار زمین تے جھڑے جیویں چوں سالہ دی بہن چادر لہائیس نکے نکے ہاتھ بن کے آ دیے پھپھی توں ڈے نہ ڈے میرا ہکو بچے آئی سبحان والی زندگی ہوئے بہت سونا پہ سن دے ہو بی بی آ دیے بیرا ہر کہیں لوئی میں پیارے ہوں دے جی میں تینوں سجاد یہ نہ جھولیاں پتر نہیں او بندے دعا مانگتے باوی مرتبہ دا زواراں بھین بھراواں دا چودہ معصوماں دا زوار دوجے موڑ تے کھڑی آئی بی بی آدی پڑھ قرآن بھین دا پردہ بچ پوی
ਮੇਰੇ ਮੌਲਾ ਨੇ ਨੇਜ਼ੇ ਤੇ ਪੜ੍ਹਨਾ ਸ਼ੁਰੂ ਕੀਤਾ, ਰਸੂਲ ਪਾਕ ਦੇ ਸਾਹਿਬ ਮਾਲਿਕ ਅਸ਼ਤਰ ਦੀਦੀ ਏ ਜਿਹਦਾ ਨਾਮ ਸਫੀ, ਮੁਲਕ ਸ਼ਾਮ ਸ਼ਾਦੀ ਹੋਈ, ਮੇਰੇ ਪੀਰ ਦਾ ਕੁਰਾਨ ਸੁਣ ਕੇ ਨੌਕਰਾਨੀ ਨੂੰ ਆਦੀ ਦੁਆ ਕਰ ਭੁਲਦੀ ਹੋਵਾਂ, ਕੁਰਾਨ ਇੰਜ ਪਿਆ ਪੜਦਾ ਜਿਵੇਂ ਅਕਬਰ ਦਾ ਬਾਬਾ ਪੜਦਾ। ਤੁਹਾਡੀਆਂ ਜਵਾਨੀਆਂ ਨਸੀਬ ਹੋਣ, ਪਤਾ ਕਰਾ ਕੁਰਾਨ ਪੜਨ ਵਾਲਾ ਕੌਣ ਏ, ਨੌਕਰਾਨੀ ਬਾਜ਼ਾਰ ਚਾਹੀਏ ਡਿੱਟੇ ਹਰ ਕੋਈ ਨਹੀਂ, ਸਰ ਕੁਰਾਨ ਪਿਆ ਪੜਦਾ। ਸਾਂਗ ਨੂੰ ਨੱਪ ਕੇ ਆਦੀ ਇਬਰਤ ਦਾ ਕੁੱਠੋ ਹੋਇਆ, ਮੈਂ ਤੈਨੂੰ ਆਪਣਾ ਪੀਰ ਬਣਾਈ ਆ, ਨੇੜੇ ਤੂੰ ਆਵਾਜ਼ ਆਏ ਮੈਨੂੰ ਪੀਰ ਬਣਾ ਜਾਈ, ਮੈਂ ਤੇਰੀ ਜੰਨਤ ਦਾ ਜ਼ਾਮਿਨ। ਸਾਂਗ ਨੂੰ ਨੱਪ ਕੇ ਆਦੀ ਦਾਵੇ ਇੰਜ ਪਿਆ ਕਰੇ ਨੇ ਜਿਵੇਂ ਮੁਹੰਮਦ ਦੀ ਧੀ ਦਾ ਪੁੱਤਰ, ਆਦਿ ਕਾਰੀ ਕੁਰਾਨ ਮੈਂ ਘਰ ਪਈ ਬਹਿਨੀ ਆ, ਮੇਰਾ ਇੰਤਜ਼ਾਰ ਕਰੇ ਮੈਂ ਆਦੀ ਪਈ ਆ ਘਰ ਚਾਹ ਕੇ। ਆਦੀ ਸਫੀਆ ਜਦਾਂ ਦੀ ਤੇਰੀ ਨੌਕਰੀ ਚ ਆਈ ਆ ਮੈਂ ਕੋਈ ਸ਼ੈ ਨਹੀਂ ਮੰਗੀ, ਅੱਜ ਮੈਂ ਮੰਗਦੀ ਆ ਮਦੀਨੇ ਵਾਲੇ ਸ਼ਹੀਦਾਂ ਦਾ ਵਾਸਤੇ, ਬੁਰਕਾ ਪਾ ਮੇਰੇ ਨਾਲ। ਸਫੀਆ ਦੀ ਕਿਨ ਵੰਜਣੇ ਨੌਕਰਾਨੀਆਂ ਦੀ ਬਾਜ਼ਾਰ, ਜਿਣਕ ਕੇ ਆਦੀ ਤਨ ਸ਼ਰਮ ਨਹੀਂ ਆਦੀ ਉਹ ਬਾਜ਼ਾਰ, ਮੈਂ ਬੀਬੀ ਜ਼ੈਨਬ ਦੀ ਕਨੀਜ਼, ਮੇਰਾ ਤਾਂ ਬਾਜ਼ਾਰ ਦਾ ਜੋੜ ਕੋਈ ਨਹੀਂ। ਇਹ ਨਹੀਂ ਪਤਾ ਜੋ ਆਪ ਉਜੜ ਕੇ ਆਈ ਖੜੀ, ਆਦੀ ਉਸੇ ਸਹਿਣ ਦਾ ਵਾਸਤੇ ਮੇਰੇ ਨਾਲ, ਅੱਗੇ ਅੱਗੇ ਨੌਕਰਾਨੀ ਹੈ, ਪਿੱਛੇ ਪਿੱਛੇ ਮੁਹੰਮਦ ਦੇ ਸਾਹਿਬ ਜੀ ਦੀ, ਐਲਾਨ ਕਰਕੇ ਆਦੀ ਉਹ ਕਲਮਾ ਪੜਨ ਵਾਲੇ ਆਓ ਮੈਨੂੰ ਰਸਤਾ ਦਿਓ ਮੇਰੇ ਨਾਲ, ਮੁਹੰਮਦ ਦੇ ਸਾਹਿਬ ਜੀ ਦੀ ਪਈ ਆਂਦੀ, ਮੁਸਲਮਾਨ ਰਾਹ ਪੈ ਦੇਂਦੇ ਕਿੱਥੋਂ ਦੀ ਮੁਸਲਮਾਨੀ ਹੈ, ਰੋਂਦੇ ਇਸ ਵਾਸਤੇ ਪਿਆ ਮੁਹੰਮਦ ਦੀਆਂ ਦੀਆਂ 36 ਘੰਟੇ ਰਾਹ ਮੰਗੀ, ਬੜੀ ਮੁਸ਼ਕਲ ਦੇ ਨਾਲ ਉੱਥੇ ਆਈ ਹੈ ਜਿੱਥੇ ਕੜੀ ਹਿੱਕੇ ਕਹਿ ਦੀ ਦੋ ਜ਼ਮੀਨ ਤੇ ਬਹਿ ਕੇ ਆਦੀ ਅਸਲਾਮ ਅਲੈਕਾ ਯਾ ਅਯੂ ਅਲਸੀਰ, ਜਵਾਬ ਆਏ ਭੈਣ ਸਫੀਆ ਮੇਰਾ ਹੀ ਸਲਾਮ। ਇਮਾਮ ਦੀ ਡਾਲੀ ਤਲਿਆ ਤਰੱਕਿਆ ਦੀ ਸਰ ਉੱਚਾ ਕਰ ਮੈਂ ਸੁਣਾਣਾ ਤੂੰ ਕੌਣ ਹੈ, ਜਿਵੇਂ ਜਿਵੇਂ ਬਿਮਾਰ ਦਾ ਸਰ ਬੁਲੰਦ ਨਵੈਂਦੇ ਬਾਕਰ ਦੀ ਆਵਾਜ਼ ਆਉਂਦੀ ਕਦ ਸਿੱਧਾ ਨ ਕਰ ਮੇਰਾ ਸਾਹ ਬੰਦ ਪਿਓ। ਤੀਜੀ ਵਾਰ ਆਦੀ ਕਹਿਦੀ ਮੇਰਾ ਸਲਾਮ ਹੋਵੀ, ਜਵਾਬ ਆਏ ਭੈਣ ਸਫੀਆ ਮੇਰਾ ਹੀ ਸਲਾਮ ਹੋਵੀ। ਇਹ ਹੁਨਰ ਨਹੀਂ, ਇਹ ਖੈਰਾਤ ਹੈ। ਸ਼ਾਮ ਗਰੀਬਾਂ ਦੀ ਲੁੱਟੀ ਹੋਈ ਸੀ ਆਜ਼ਾਦੀ, ਦੁਨੀਆਂ ਦਾ ਬੰਦਾ ਬਦ ਨਸੀਬ ਏ, ਇਹ ਅੱਖੀ ਇਹ ਅਮਾਨਤ ਹੈ ਹੁਸੈਨ, ਉਹ ਅੱਖ ਨਾ ਹੋਵੇ ਜਿਹੜੀ ਹੁਸੈਨ ਨੂੰ ਵਸੇ ਨੇ। ਸ਼ਾਲਾ ਤੂੰ ਸੱਜਾਦ ਨਾ ਮੈਂ ਸਫੀਆਂ, ਸ਼ਾਲਾ ਤੂੰ ਸੱਜਾਦ ਨਾ ਫਿਜ਼ਾ ਦੀ ਉਜੜਦੀ ਪਈ ਹੈ ਇਹੋ ਬਿਰਾਵਾ ਮੋਇਆ ਸੱਜਾਦ, ਆਦਿ ਅਜੇ ਤੂੰ ਸੱਜਾਦ ਤਾਂ ਬਾਬਾ ਕਿੱਥੇ। ਇਮਾਮ ਫਰਮਾਨ ਨੇ ਤੇ ਕੁਰਾਨ ਪਿਆ ਪੜਦਾ, ਸਫੀਆ ਦੀ ਹਾਸ਼ਮੀਆਂ ਮੈਂ ਬਰਦਾਸ਼ਤ ਕਰੇਗਾ, ਸੈਯਦਾ ਦੇ ਪਿਓ ਮਾਰਿਆ ਵੰਜਿਆ ਰਤ ਨਾ ਰੋਵਾਂ, ਚਾਚੇ ਮਾਰੇ ਵੰਜਨ ਰਤ ਨਾ ਰੋਵਾਂ, ਫਿਰਾ ਮਾਰੇ ਵੰਜਨ ਰਤ ਨਾ ਰੋਵਾਂ, ਮੈਂ ਗੈਰਤ ਦਾ ਮਰੀਜ਼ ਹਾਂ ਮੇਰਾ ਜਿਗਰ ਫਟ ਗਿਆ ਹੈ, ਮੇਰੀ ਮਾਂ ਜ਼ੈਨਬ ਬਾਜ਼ਾਰ ਚ ਆ ਗਈ। ਸਫੀਆ ਦੀ ਕਾਇਨਾਤ ਬਦਲ ਸਕਦੀ ਹੈ, ਬੀਬੀ ਬਾਜ਼ਾਰ ਨਹੀਂ ਆ ਸਕਦੀ। ਸਫੀਆ ਦੀ ਵਸਤੇ ਜ਼ਮਾਨੇ ਚ ਮੈਂ ਕੁਰਾਨ ਚਾਵਾਂ ਹਾਂ, ਕੁਰਾਨ ਪਰਵਾਜ਼ ਕਰਕੇ ਸੈਨ ਦੇ ਸਰ ਦਾ ਤਵਾਫ ਕਰੇਂਦਾ, ਸਫੀਆ ਦੀ ਮੈਂ ਕੁਰਾਨ ਮੰਗੈਨੀ ਆ। ਸਫੀਆ ਕੁਰਾਨ ਦਾ ਨਾਂ ਚਾਹੇ ਸਕੀਨਾ ਵਾਲ ਚ ਖੋਲੇ, ਰੋ ਕਿਆ ਦੀ ਅੱਲਾ ਮੇਰਾ ਬਦਮਾਸ਼ਾਂ ਦਾ ਸ਼ਹਿਰ ਏ, ਮੇਰੀ ਮਾਂ ਦਾ ਇਮਤਿਹਾਨ ਏ। ਸਫੀਆ ਦੇ ਹੱਥਾਂ ਤੂੰ ਕੁਰਾਨ ਪਰਵਾਜ਼ ਕੀਤਾ, ਸੈਯਦਾਦੀ ਦੇ ਸਰ ਦਾ ਤਵਾਫ ਕੀਤਾ, ਰੋ ਕਿਆ ਦੀ ਪੱਕ ਹੋ ਗਿਆ ਤੂੰ ਸੱਜਾ ਦੇ ਓ ਜ਼ੈਨਬੇ ਓ ਹੁਸੈਨ, ਤੂੰ ਸੱਜਾ ਦੇ ਓ ਜ਼ੈਨਬੇ ਓ ਹੁਸੈਨ। ਆਦੀ ਇਜਾਜ਼ਤ ਦੇ ਮੈਂ ਤੇਰੀ ਮਾਂ ਤੇ ਇੱਕ ਸਵਾਲ ਕਰਨਾ, ਸੈਯਦਾ ਦੇ ਸੋਚ ਕੇ ਕਰੇ ਉਜੜ ਗਈ ਆਈ,
ਬੀਬੀ ਜ਼ੈਨਬ ਦੇ ਕਦਮਾਂ ਤੇ ਮੱਥਾ ਮਾਰਿਆ ਹੈ, ਰੋ ਕੇ ਆ ਦੀਏ ਉਹ ਕਿਨ ਗਿਆ ਹਈ ਜੈਕੂ ਉਂਗਲੀਆਂ ਨਾ ਫੁੱਕ ਤੇ ਹਾਵੀ ਟੁਰਨਾ ਹੱਥ ਨਾਲ ਸੀਨੇ ਤੇ ਨਹੀਂ ਆਏ ਉਹ ਕਿਨ ਗਿਆ ਹੈ ਜੈਕੂ ਉਂਗਲੀਆਂ ਨਾਪ ਕੇ। ਮੇਰੀ ਉਮੀਦ ਤੋਂ ਜ਼ਿਆਦਾ ਪੈ ਸੁਣ ਦਿਓ, ਇਸ ਦਰਬਾਰ ਚੋਂ ਖਾਲੀ ਕੋਈ ਨਾ ਵੰਜੇ। ਤੜਪੀਏ ਫਿਰ ਸਫੀਆ ਅਦੀ ਇੱਕ ਕੈਦੀ, ਮੈਨੂੰ ਇਜਾਜ਼ਤ, ਫਿਰ ਮੈਂ ਦਿਨ ਕਿਨ ਵੰਜਣਾ ਹੀ ਆਦਿ ਮਦੀਨੇ। ਇਮਾਮ ਫਰਮਾਉਂਦੇ ਨੇ ਮਦੀਨਾ ਤਾਂ ਬਰਬਾਦ ਹੈ ਬਈ, ਅਮੀਰ ਬਣ ਕੇ ਨਾ ਸੁਣ, ਮਦੀਨਾ ਤੇਰੀ ਜ਼ਿੰਦਗੀ, ਮਦੀਨਾ ਤਾਂ ਬਰਬਾਦ ਹੈ, ਕਹਿਣੇ ਮਿਲਣਾ ਹੀ ਆਦਿ ਵਾ ਜੰਨਤ ਉਲ ਬੱਕੀ ਬਣੀ ਕਹਿੰਦੀ ਕਬਰ ਤੇ ਮੁਹੰਮਦ ਦੀ ਧੀ ਦੀ ਕਬਰ। ਸੈਯਦ ਫਰਮਾਉਂਦੇ ਨੇ ਵਜ੍ਹਾ ਬਈ ਮਾਵਾਂ ਦੀਆਂ ਝੋਲੀਆਂ ਚੋਂ ਮਸਾਇਬ ਸੁਣਨ ਲੱਗੇ ਹੋ। ਆਦੀ ਮੌਲਾ ਮੈਂ ਬਤੂਲ ਦੀ ਕਬਰ ਤੇ ਵੈਸਾਂ, ਮੈਂ ਅਕਸਾਂ ਪਿਓ ਦੀ ਪੱਗ ਦਾ ਵਾਸਤੇ, ਇੱਕ ਵਾਰੀ ਕਬਰ ਤੂੰ ਬਹਿਰਾ ਮੈਨੂੰ ਦੱਸ ਤਾਂ ਸਹੀ, ਉਸਦੇ ਚੋਲੇ ਕਿਉਂ ਸੀਤੇ ਹਨ, ਤੇਰਾ ਗਾਜ਼ੀ ਜੀ ਦੋਵੇ ਤਜ਼ੈ ਨਾ ਬਾਜ਼ਾਰ ਵਸਦੇ ਰਹੋ ਬਈ। ਇਮਾਮ ਫਰਮਾਉਂਦੇ ਨੇ ਤੇਰੇ ਪੰਜ ਮੁੱਗਾ ਹਨ, ਅੱਬਾਸ ਇਸੇ ਬਾਜ਼ਾਰ ਚ ਮਿਲਾਵਾਂ। ਆਦੀ ਹੈ ਮੌਲਾ ਗਾਜ਼ੀ ਇਸ ਬਾਜ਼ਾਰ ਚ। ਇਮਾਮ ਫਰਮਾਉਂਦੇ ਨੇ ਘੋੜੇ ਦੀ ਗਰਦਨ ਨਾਲ ਮੇਰੇ ਮਜਬੂਰ ਚਾਚੇ ਦਾ ਸਰ, ਪੂਰਾ ਇਲਾਕਾ ਗਾਜ਼ੀ ਦਾ ਮੁਰੀਦ ਹੈ, ਪੂਰਾ ਇਲਾਕਾ ਉਹ ਸਾਹਮਣੇ ਘੋੜੇ ਦੀ ਗਰਦਨ ਨਾਲ ਮੇਰੇ ਮਜਬੂਰ ਚਾਚੇ ਦਾ ਸਰ ਦੌੜੀਏ ਸਲਾਮ ਕਰਕੇ ਆਦੀ ਕਰਬਲਾ ਦੇ ਸ਼ਹੀਦਾਂ ਅੱਬਾਸ ਦੀ ਜ਼ਾਤ ਤੇ ਸ਼ਿਕਵਾਏ, ਅਕਬਰ ਦੀ ਜੰਜ ਲੁੱਟੀ ਗਈ, ਕਾਸਮ ਦੇ ਸੇਰੇ ਲੁੱਟੇ ਗਏ, ਸੈਨ ਦੀ ਚਾਦਰ ਲੁੱਟੀ ਗਈ, ਗਾਜ਼ੀ ਤੈਨੂੰ ਕਿਹੜੀ ਮਜਬੂਰੀ ਆਈ, ਗਾਜ਼ੀ ਭੈਣ ਬਿਰਾਵਾਂ ਦੇ ਲੁੱਟੇ, ਗਾਜ਼ੀ ਆਦ ਹੈ ਇੰਨਾ ਉਕਾਬ ਦੇ ਪਰ ਬਣ ਕੇ ਤੇ ਪਿਆ ਚਿੜੀਆਂ ਤੂੰ ਮਰਵਾਈਏ ਸਮਰ ਹੀ ਵੀ ਪਾਬੰਦੀਆਂ ਦਾ ਜਿਹੜਾ ਬੇਵਾਰਿਸ ਛਡਵਾਏ। ਯਾਰਾਂ ਦੇ ਲਹਜੇ ਅੱਜ ਕੁਲ ਖਾਨੀਏ ਸਫੀਰੇ ਹੁਸੈਨ, ਮੈਂ ਬੜੀ ਸਤਰ ਪੜੀ, ਅੱਜ ਕੁਲ ਖਾਨੀਏ ਸਫੀਰੇ ਹੁਸੈਨ, ਅੱਜ ਲਾਹੌਰ ਦੀ ਮਲਕਾ ਦੇ ਵਾਰਸ ਦੀ ਕੁਲ ਖਾਨੀਏ ਜਿਹਦੀ ਜੋੜੀ ਰੁੱਲ ਗਈ। ਅੱਲਾ ਤੈਨੂੰ ਬਾਰਾਂ ਪੁੱਤਰ ਦੇਵੇ, ਦੁਆ ਮੰਗੀ ਕਰ ਅੱਲਾ ਇੱਕ ਧੀ ਜ਼ਰੂਰ ਦੇਵੀ, ਪੁੱਤਰ ਜਾਇਦਾਦ ਦੇ ਮਾਲਿਕ, ਧੀਆਂ ਨਿਮਾਣੀਆਂ ਮਈਅਤ ਦੀਆਂ ਮਾਲਿਕ, ਕਿਸੇ ਧੀ ਦਾ ਪਿਓ ਮਰ ਵੰਜੇ ਰਾਤ ਆ ਵੰਜੇ ਲੱਗਦੇ ਸਮ ਵੈਂਦੇ ਧੀ ਨਹੀਂ ਸਮਦੀ, ਪਿਓ ਦੀ ਮੰਜੀ ਦਾ ਪਾਵਾ ਨੱਪ ਗਿਆ ਦੀ ਟੁਰਿਆ ਮੈਨੇ, ਮੇਰਾ ਪੇਕਾ ਬੂਆ ਬੰਦ ਪਿਆ ਹੁੰਦਾ ਅੱਗੋ ਬਿਰਾਵਾਂ ਦੀ ਮਰਜ਼ੀ ਏ ਕੋਈ ਜਾਣੇ। ਮਾਸ਼ਾਅੱਲਾ ਤ੍ਰੀਜੇ ਮੋੜ ਤੇ ਖੜੀ ਆਈ ਮੇਰੇ ਮੌਲਾ ਕੁਰਾਨ ਪੜਿਆ, ਇੱਕ ਔਰਤ ਬਕਵਾਸ ਕੀਤਾ ਹੈ ਜਿਹੜੇ ਨੇਜੇ ਤੇ ਕੁਰਾਨ ਪੇ ਪੜਦੇ, ਇਤਨੇ ਪੱਥਰ ਮਾਰੋ ਕੁਰਾਨ ਨਾ ਪੜ, ਕੋਈ ਨਹੀਂ ਬੋਲਿਆ, ਪੂਰਿਆਂ ਕੈਦੀਆਂ ਚ ਕੋਈ ਨਹੀਂ ਬੋਲਿਆ। ਚੌ ਸਾਲਾਂ ਦੀ ਧੀ ਤੜਪੀ, ਅੰਮਾ ਜ਼ੈਨਬ ਮੈਂ ਮੌਕੇ ਦੀ ਗਵਾਹ, ਅਗਰ ਮੇਰੇ ਪਿਓ ਨੂੰ ਹੁਣ ਪੱਥਰ ਲੱਗੇ ਮੈਂ ਵਕਤ ਤੂੰ ਪਹਿਲੇ ਮਰਵਾਏ ਸਾਂ। ਬੀਬੀ ਆਦੀ ਮੈਂ ਜ਼ਮਾਨਤ ਦੇਣੀ ਆ ਤੇਰੇ ਪਿਓ ਨੂੰ ਕੋਈ ਨਹੀਂ ਮਰੇਂਦਾ। ਬੀਬੀ ਆਦੀ ਕਹਿੰਦਾ ਮਾਣ ਆਈ ਥਾ ਬਲਾ ਲਿਆ, ਵੱਡਾ ਮਾਣ ਆਈ ਅੱਬਾਸ ਤੇ
ਬੀਬੀ ਜ਼ੈਨਬਾਦੀ ਸੱਜਾਦ ਮੇਰਾ ਮਾਮਲ ਗਾਜ਼ੀ ਕੋਲ ਲੈ ਚੱਲ। ਜਦਾ ਗਾਜ਼ੀ ਕੋਲ ਮਾਮਲ ਆਇਆ ਪਿਓ ਦੇ ਲਹਿਜੇ ਬੋਲ ਕੇ ਆਦੀ ਗਾਜ਼ੀ ਯਾਦ ਰੱਖ, ਅਗਰ ਸ਼ਾਮ ਦੀਆਂ ਗਲੀਆਂ ਚ ਮੇਰੇ ਬਿਰਾ ਨੂੰ ਪੱਥਰ ਲੱਗੇ ਮੈਂ ਮਾਸ਼ਰ ਨੂੰ ਜ਼ਿੰਮੇਵਾਰ ਨਾ ਬਣਸਾ। ਗਾਜ਼ੀ ਆਦੇ ਜੀਵੇ ਸ਼ਾਮ ਦੇ ਵਿੱਚ ਵੋ